ਵੈਲਕਮ ਆਰ ਵੈਲਕਮ ਬੈਕ ਟੂ ਮਾਈ ਚੈਨਲ ਬੀਐਸ ਮਾਸਟਰ 2 ਹਿਸਟਰੀ ਦੀਆਂ ਵੀਡੀਓਜ਼ ਆਪਾਂ ਕਰ ਰਹੇ ਹਾਂ ਖਿਲਜੀ ਵੰਸ਼ ਆਪਾਂ ਆਲਰੇਡੀ ਪੜ ਚੁੱਕੇ ਹਾਂ ਸੋ ਖਿਲਜੀ ਵੰਸ਼ ਜਿਹੜਾ ਸੀਗਾ ਅਲਾਉਦੀਨ ਖਿਲਜੀ ਦਾ ਇੱਕ ਮਹਾਨ ਰਾਜਾ ਹੋਇਆ ਸੀਗਾ ਬਟ ਖਿਲਜੀ ਵੰਸ਼ ਜਿਹੜਾ ਸੀਗਾ 1316 ਵਿੱਚ ਖਲਾਉਦੀਨ ਖਿਲਜੀ ਦੀ ਮੌਤ ਹੋ ਗਈ ਸੀ 20 ਸਾਲ ਉਸਨੇ ਸ਼ਾਸਨ ਕੀਤਾ ਸੀ ਪਰ ਜਿਹੜੇ ਉਸ ਦੇ ਪੁੱਤਰ ਸੀਗੇ ਜਾਂ ਜਿਨ੍ਹਾਂ ਨੇ ਬਾਗਡੋਰ ਸੰਭਾਲੀ ਸ਼ਾਸਨ ਦੀ ਉਹ ਬਿਲਕੁਲ ਹੀ ਜਿਹੜੇ ਸੀਗੇ ਸ਼ਾਸਨ ਚਲਾਉਣ ਦੇ ਕਾਬਿਲ ਨਹੀਂ ਸੀ ਤਾਲਾਉਦੀਨ ਨੇ ਉਹਦਾ ਜਿਹੜਾ ਮਲਕ ਕਫੂਰ ਸੀ ਆਪਾਂ ਪਿੱਛੇ ਪੜਿਆ ਹੈਗਾ ਕਿ ਮਲਕ ਕਫੂਰ ਦੇ ਕਹਿੰਦੇ ਉੱਤੇ ਅਲਾਉਦੀਨ ਨੇ ਆਪਣੇ ਸਭ ਤੋਂ ਛੋਟੇ ਜਿਹੜਾ ਸੀਗਾ ਪੁੱਤਰ ਉਹਨੂੰ 5 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਸੀਗਾ ਸ਼ਹਾਬੂਦੀਨ ਨੂੰ ਸ਼ਹਾਬੂਦੀਨ ਉਮਰ ਖਿਲਜੀ ਨੂੰ ਤਾਂ ਉਹਨੂੰ ਉੱਤਰਾਧਿਕਾਰੀ ਬਣਾਦਾ ਸਿਰਫ 5-6 ਸਾਲ ਦਾ ਸੀ ਮਲਕ ਕਫੂਰ ਨੇ ਐਦਾਂ ਕਿਉਂ ਕੀਤਾ ਸੀ ਅਲਾਉਦੀਨ ਖਿਲਜੀ ਨੂੰ ਕਿਉਂ ਕਿਹਾ ਸੀ ਕਿ ਆਪਣੇ ਵੱਡੇ ਪੁੱਤਰ ਕੁਤਬਦੀਨ ਮੁਬਾਰਕ ਦੀ ਥਾਂ ਤੇ ਤੂੰ ਸ਼ਹਾਬੂਦੀਨ ਉਮਰ ਨੂੰ ਖਿਲਜੀ ਨੂੰ ਬਣਾ ਲੈ ਉੱਤਰਾਧਿਕਾਰੀ ਬਿਕੋਜ਼ ਉਹ ਚਾਹੁੰਦਾ ਸੀ ਕਿ ਜਿਹੜਾ ਇਸ ਛੋਟੇ ਜਿਹੇ ਬੱਚੇ ਨੂੰ ਉਤਰਾਧਿਕਾਰੀ ਬਣਾ ਦਵੇ ਤੇ ਨਾਲ ਹੀ ਜਿਹੜਾ ਹੈ ਜਦੋਂ ਇਹ ਮਰ ਜੂਗਾ ਲਾਉਦੀਨ ਖਿਲਜੀ ਤਾਂ ਮੈਂ ਸਾਰੀ ਸ਼ਕਤੀ ਜਿਹੜੀ ਹੈਗੀ ਆਪਣੇ ਹੱਥ ਚ ਲੈ ਲਵਾਂ ਮਲਿਕ ਕਫੂਰ ਇਹ ਚ ਹੁੰਦਾ ਸੀ ਤਾਂ ਮਲਿਕ ਕਫੂਰ ਕੀ ਕਰਦਾ ਸੀ ਜਦੋਂ 5 6 5 6 ਸਾਲ ਦੇ ਬੱਚੇ ਨੂੰ ਉਤਰਾਧਿਕਾਰੀ ਬਣਾਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਸਿਰਫ ਨਾਮ ਦਾ ਹੀ ਰਾਜਾ ਸੀ ਸਾਰਾ ਕੰਮ ਕੌਣ ਕਰਦਾ ਸੀ ਮਲਿਕ ਕਫੂਰ ਤਾਂ ਕੁਝ ਦਿਨਾਂ ਬਾਅਦ ਕੀ ਹੋਇਆ ਜਿਹੜਾ ਵੱਡਾ ਮੁੰਡਾ ਸੀਗਾ ਲਾਉਦੀਨ ਖਿਲਜੀ ਦਾ ਉਸਨੇ ਮਲਿਕ ਕਫੂਰ ਨੂੰ ਵੀ ਮਾਰਤਾ ਤੇ ਆਪਣੇ ਛੋਟੇ ਭਰਾ ਨੂੰ ਅੰਨ੍ਹਾ ਕਰਾਤਾ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ 1316 ਤੋਂ 1320 ਤਿੰਨ ਤਿੰਨ ਚਾਰ ਸਾਲ ਤੱਕ ਉਸਨੇ ਰਾਜ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਸੀ ਉਸਨੇ ਜਿਹੜੀਆਂ ਕਰ ਟੈਕਸ ਪ੍ਰਣਾਲੀਆਂ ਸੀ ਸਾਰੀਆਂ ਲਾਉ ਦਿਨ ਖਿਲਜੀ ਦੀਆਂ ਆਪਣੇ ਬਾਪ ਦੀਆਂ ਖਤਮ ਕਰਤੀਆਂ ਆਪਣੇ ਆਪ ਨੂੰ ਖਲੀਫਾ ਘੋਸ਼ਿਤ ਕਰਤਾ ਤੇ ਸਾਰਾ ਦਿਨ ਹੀ ਉਹ ਪੋਗ ਵਿਲਾਸ ਵਿੱਚ ਲੱਗਾ ਰਹਿੰਦਾ ਸੀ ਕਈ ਵਾਰ ਤਾਂ ਬਿਨਾ ਕੱਪੜਿਆਂ ਤੋਂ ਹੀ ਜਿਹੜਾ ਸੀ ਦਰਬਾਰ ਚ ਆ ਜਾਂਦਾ ਸੀ ਤਾਂ ਫੇਰ ਉਸ ਤੋਂ ਬਾਅਦ ਚ ਖੁਸਰੋ ਖਾਨ ਸੀਗਾ ਨਸੀਰਉਦੀਨ ਖੁਸਰੋ ਖਾਨ ਵਜ਼ੀਰ ਸੀਗਾ ਜਿਹੜਾ 1320 ਵਿੱਚ ਉਸਨੇ ਜਿਹੜਾ ਸੀ ਅਲਾਉਦੀਨ ਦਾ ਵੱਡਾ ਮੁੰਡਾ ਮਤਲਬ ਕੀ ਨਾਮ ਸੀ ਉਹਦਾ ਕুতਬਦੀਨ ਮੁਬਾਰਕ ਉਸ ਦਾ ਜਿਹੜਾ ਸੀ ਮਰਵਾਤਾ ਉਸ ਨੂੰ ਅਤੇ ਆਪ ਗੱਦੀ ਤੇ ਬੈਗਾ 1320 ਦੇ ਵਿੱਚ ਤਾਂ 1320 ਦੇ ਵਿੱਚ ਹੀ ਖੁਸਰੋ ਦੀ ਹੱਤਿਆ ਕਰਕੇ ਜਿਹੜਾ ਸੀ ਗਿਆਸੂਦੀਨ ਤੁਗਲਕ ਜਿਸ ਦੀ ਆਪਾਂ ਗੱਲ ਕਰਾਂਗੇ ਤਾਂ ਗਿਆਸੂਦੀਨ ਤੁਗਲਕ ਜਿਹੜਾ ਸੀਗਾ ਉਹ ਕਿਸ ਤੇ ਬੈਠ ਗਿਆ ਗੱਦੀ ਤੇ ਬੈਠ ਗਿਆ ਤੇ ਉਸਨੇ ਤੁਗਲਕ ਵੰਸ਼ ਦਾ ਜਿਹੜਾ ਸੀਗਾ ਉਹ ਸ਼ਾਸਨ ਦੀ ਨੀਂਹ ਰੱਖੀ ਫਾਈਨ ਉਸ ਤੋਂ ਬਾਅਦ ਹੁਣ ਆਪਾਂ ਗਿਆਸੂਦੀਨ ਤੁਗਲਕ ਤੇ ਬਾਰੇ ਪੜਾਂਗੇ ਕਿ ਗਿਆਸੂਦੀਨ ਤੁਗਲਕ ਨੇ 1320 ਦੇ ਵਿੱਚ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ ਕਿਸ ਨੂੰ ਮਾਰ ਕੇ ਨਸੀਰਉਦੀਨ ਖਸਰੋਖਾਨ ਨੂੰ ਮਾਰ ਕੇ ਅਤੇ ਉਸ ਦਾ ਮੋਢਲਾ ਨਾਮ ਕੀ ਸੀ ਗਾਜੀ ਤੁਲਕ ਠੀਕ ਹੈ ਗਿਆਸੁਦੀਨ ਤੁਗਲਕ ਨੂੰ ਗਾਜੀ ਤੁਲਕ ਵੀ ਕਹਿੰਦੇ ਨੇ ਤੇ ਉਸ ਨੇ ਹੀ 1320 ਤੋਂ 1325 ਤੱਕ ਦਿੱਲੀ ਦੇ ਉੱਤੇ ਰਾਜ ਕੀਤਾ ਤੁਗਲਕ ਵੰਸ਼ ਦੇ ਨਾਮ ਦੇ ਨਾਲ ਅਤੇ ਬਹੁਤ ਸਨੀਆਂ ਉਸ ਨੇ ਨੀਤੀਆਂ ਬਣਾਈਆਂ ਤਾਂ 1320 ਦੇ ਵਿੱਚ ਇਹ ਗੱਦੀ ਦੇ ਉੱਤੇ ਬੈਠਾ ਸੀ ਤਾਂ ਖੁਸਰੋ ਦੀ ਹੱਤਿਆ ਕਰਕੇ ਬੈਠਾ ਸੀ ਆਪਾਂ ਨੇ ਪਿੱਛੇ ਵੀ ਪੜਿਆ ਹੈਗਾ ਤਾਂ ਉਸ ਸਮੇਂ ਜਿਹੜਾ ਸੀਗਾ ਕਿਉਂਕਿ ਗਿਆਸੁਦੀਨ ਕੁਤਬਦੀਨ ਮੁਬਾਰਕ ਜਿਹੜਾ ਸੀ ਖਿਲਜੀ ਦੇ ਵੰਸ਼ ਦਾ ਜਿਹੜਾ ਸੀਗਾ ਇੱਕ ਗਵਰਨਰ ਸੀਗਾ ਅਤੇ ਨਾਲ ਹੀ ਜਿਹੜਾ ਸੀਗਾ ਮੰਗੋਲ ਵੀ ਭਾਰਤ ਦੇ ਉੱਤੇ ਹਮਲਾ ਕਰ ਰਹੇ ਸੀ ਪਰ ਮੰਗੋਲ ਜਿਹੜੇ ਸੀਗੇ ਉਹ ਪਹਿਲਾਂ ਤਾਂ ਸਫਲ ਰਹੇ ਪਰ ਉਸ ਤੋਂ ਬਾਅਦ ਦੇ ਵਿੱਚ 5 ਸਾਲਾਂ ਦੇ ਸਮੇਂ ਦੇ ਵਿੱਚ ਹੀ ਜਿਹੜਾ ਸੀਗਾ ਗਿਆਸੂਦੀਨ ਤੁਗਲਕ ਨੇ ਉੱਤਰ ਤੋਂ ਲੈ ਕੇ ਦੱਖਣੀ ਭਾਰਤ ਤੱਕ ਦੇ ਰਾਜਾਂ ਨੂੰ ਆਪਣੇ ਵਿੱਚ ਮਿਲਾ ਲਿਆ 29 ਵਾਰ ਜਿਹੜਾ ਸੀ ਗਿਆਸੂਦੀਨ ਤੁਗਲਕ ਨੇ 29 ਵਾਰ ਮੰਗੋਲਾਂ ਨੂੰ ਹਰਾਇਆ ਅਤੇ ਤੁਗਲਕਾਬਾਦ ਨਾਮ ਦੇ ਸ਼ਹਿਰ ਦਾ ਨਿਰਮਾਣ ਕਰਾਇਆ ਤੇ ਕਿਲੇ ਦਾ ਵੀ ਨਿਰਮਾਣ ਕਰਾਇਆ ਤੁਗਲਕਾਬਾਦ ਕਿਲੇ ਦਾ ਠੀਕ ਹੈ ਸੋ ਉਸਨੇ ਬਹੁਤ ਸਾਰੇ ਕੰਮ ਕੀਤੇ ਨੇ ਗਿਆਸੂਦੀਨ ਤੁਗਲਕ ਨੇ ਇੱਕ ਅੱਛਾ ਰਾਜਾ ਹੋਇਆ ਹੈ ਤੁਗਲਕ ਦੀ ਗ੍ਰਹਿ ਨੀਤੀ ਅਤੇ ਵਿਦੇਸ਼ ਨੀਤੀ ਹੁਣ ਜਦੋਂ ਇਹ ਗੱਦੀ ਤੇ ਬੈਠ ਜਾਂਦਾ ਤਾਂ ਤੁਗਲਕ ਵੰਸ਼ ਜਿਹੜਾ ਸੀਗਾ ਇਹ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਗੁਣਵਾਨ ਲੋਕ ਸੀ ਇਹ ਵੀ ਜੋਨਾ ਸੀਗੇ ਗੁਣਵਾਨ ਲੋਕ ਜਿਹੜੇ ਨੇ ਇਹ ਮੇਰੇ ਦਰਬਾਰ ਦੇ ਵਿੱਚ ਆਉਣ ਅਤੇ ਇੱਕ ਵਿਵਸਥਾ ਜਿਹੜੀ ਸੀ ਆਪਣੇ ਸਾਮਰਾਜ ਵਿੱਚ ਕਾਇਮ ਕਰਨਾ ਚਾਹੁੰਦੀ ਸੀ ਤਾਂ ਉਸਨੇ ਖੇਤੀਬਾੜੀ 'ਚ ਸੁਧਾਰ ਕੀਤਾ ਕਿਉਂਕਿ ਜੋ ਚੀਜ਼ ਜਿਹੜੀ ਸੀ ਅਲਾਉਦੀਨ ਖਿਲਜੀ ਦੇ ਵਿੱਚ ਸੀਗੀ ਉਸ ਤੋਂ ਬਾਅਦ ਦੇ ਵਿੱਚ ਉਹਦੇ ਅਯੋਗ ਸ਼ਾਸਕ ਸੀਗੇ ਠੀਕ ਹੈ ਤਾਂ ਤਾਂ ਕਰਕੇ ਜਿਹੜਾ ਹੈ ਉਹ ਚਾਹੁੰਦਾ ਸੀ ਕਿ ਤੁਗਲਕ ਵੰਸ਼ ਜਿਹੜਾ ਹੈ ਇਤਿਹਾਸ ਦੇ ਵਿੱਚ ਮਸ਼ਹੂਰ ਹੋਵੇ ਉਸਨੇ ਖੇਤੀਬਾੜੀ 'ਚ ਸੁਧਾਰ ਕੀਤੇ ਅਤੇ ਖਿਲਜੀ ਦੁਆਰਾ ਸ਼ੁਰੂ ਕੀਤੀ ਹੋਈ ਮਿੰਤੀ ਪ੍ਰਣਾਲੀ ਉਹਨੇ ਲੈਂਡ ਮੈਜ਼ਰਮੈਂਟ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਇਸਨੇ ਵੀ ਬਟਾਈ ਪ੍ਰਣਾਲੀ ਸ਼ੁਰੂ ਕੀਤੀ ਫੇਰ ਕਿਸਾਨਾਂ ਦੀਆਂ ਫਸਲਾਂ ਦੀ ਪੈਦਾਵਾਰ ਵਧਣ ਲੱਗੀ ਅਤੇ ਉਹਨੇ ਕਰ ਜਿਹੜਾ ਸੀ ਜਿਹੜਾ 1/2 ਸੀ ਲਾਉ ਦੇਣ ਗਿਲਜੀ ਦੇ ਟਾਈਮ ਤੇ ਉਹ ਇਹਨੇ 1/5 ਕਰਤਾ ਮਤਲਬ ਇੱਕ ਖੇਤ ਦਾ ਤੁਸੀਂ ਪੰਜਵਾਂ ਹਿੱਸਾ ਦੋ ਗਿਲਜੀ ਕਹਿੰਦਾ ਸੀ ਇੱਕ ਖੇਤ ਦਾ ਮੈਨੂੰ ਅੱਧਾ ਹਿੱਸਾ ਦੋ ਤੇ ਇਹ ਕਹਿੰਦਾ ਸੀ ਇੱਕ ਖੇਤ ਦਾ ਪੰਜਵਾਂ ਹਿੱਸਾ ਦੋ ਠੀਕ ਹੈ ਤਾਂ ਇਸਨੇ ਜਿਹੜਾ ਸੀ ਬਿਲਕੁਲ ਘਟਾਤਾ ਭੂਮੀਕਰ ਨਿਯਮ ਵਿਵਸਥਾ ਨੂੰ ਸੁਧਾਰ ਕੀਤੀ ਜਦੋਂ ਤੁਗਲਕ ਬੈਠਿਆ ਤਾਂ ਉਸਨੇ ਜਿਹੜਾ ਹੈ ਨਿਆ ਵਿਵਸਥਾ ਜਿਹੜੀ ਸੀਗੀ ਸਖਤ ਤਜਾਵਾਂ ਬੰਦ ਕਰਤੀਆਂ ਨਿਆ ਵਿਵਸਥਾ ਜਿਹੜੀ ਸੀ ਸੁਧਾਰ ਕਰਤਾ ਸੂਫੀ ਸੰਤਾਂ ਤੋਂ ਧੰਨ ਵਾਪਸ ਲੈਣ ਲਈ ਆਦੇਸ਼ ਜਾਰੀ ਕਰਤੇ ਉਸਨੇ ਆਦੇਸ਼ ਜਾਰੀ ਕਰਤੇ ਕਿ ਖੁਸਰੋ ਨੇ ਜਿਹੜਾ ਇਸ ਤੋਂ ਪਹਿਲਾ ਸ਼ਾਸਕ ਸੀਗਾ ਤਾਂ ਜਿਹੜਾ ਖੁਸਰੋ ਸੀ ਉਸਨੇ ਸੂਫੀ ਸੰਤਾਂ ਨੂੰ ਪਹਾੜ ਦੇ ਰੂਪ ਵਿੱਚ ਧੰਨ ਦਿੱਤਾ ਸੀ ਉਹ ਵਾਪਸ ਕੀਤਾ ਜਾਵੇ ਅਤੇ ਸਰਕਾਰੀ ਖਜ਼ਾਨਾ ਜਿਹੜਾ ਖਾਲੀ ਹੋ ਰਿਹਾ ਸੀ ਸਰਕਾਰੀ ਖਜ਼ਾਨੇ ਨੂੰ ਭਰਨ ਦਾ ਜਿਹੜਾ ਕੰਮ ਸੀਗਾ ਉਹ ਇਸਨੇ ਕਰਨਾ ਸਟਾਰਟ ਕਰਤਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਆਵਾਜਾਈ ਦੇ ਸਾਧਨਾਂ ਤੇ ਡਾਕ ਵਿਵਸਥਾ 'ਚ ਸੁਧਾਰ ਕੀਤਾ ਇਸ ਨੇ ਆਵਾਜਾਈ ਸਾਧਨ ਲਈ ਸੜਕਾਂ ਬਣਾਈਆਂ ਨਹਿਰਾਂ ਉਸਾਰੀ ਕਰਾਈ ਡਾਕ ਵਿਵਸਥਾ ਜਿਹੜੀ ਸੀ ਉਹ ਕੋੜੀਆਂ ਦੇ ਰਾਹੀਂ ਜਿਹੜੀ ਸੀਗੀਆਂ ਡਾਕਾ ਭੇਜਣੀਆਂ ਸਟਾਰਟ ਕਰਤੀਆਂ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਸੈਨਿਕ ਵਿਵਸਥਾ 'ਚ ਸੁਧਾਰ ਕੀਤਾ ਤੇ ਤਨ ਤਨਖਾਹਾਂ ਅਤੇ ਪੱਤਿਆਂ ਦੇ ਵਿੱਚ ਜਿਹੜਾ ਸੀ ਸੁਧਾਰ ਕੀਤਾ ਵਿਦੇਸ਼ੀ ਨੀਤੀ ਜਿਹੜੀ ਸੀਗੀ ਇੱਕ ਮਹਾਨ ਵਿਜੇਤਾ ਸੀ ਬਹੁਤ ਸਾਰੇ ਰਾਜਾਂ ਨੂੰ ਵੱਧ ਤੋਂ ਵੱਧ ਜਿੱਤ ਕੇ ਆਪਣੇ ਸਾਮਰਾਜ ਦੇ ਵਿੱਚ ਮਿਲਾਉਣਾ ਚਾਹੁੰਦਾ ਸੀ ਸਭ ਤੋਂ ਪਹਿਲਾਂ ਉਸਨੇ ਵਰੰਗਲ ਦੀ ਜਿੱਤ ਪ੍ਰਾਪਤ ਕੀਤੀ 1321 ਦੇ ਵਿੱਚ 20 ਦੇ ਵਿੱਚ ਇਹ ਗੱਦੀ ਤੇ ਬੈਠਾ ਸੀ 21 ਦੇ ਵਿੱਚ ਉਸਨੇ ਵਰੰਗਲ ਦੇ ਹਾਕਮ ਰੁਦਰ ਦੇ ਵਿਰੁੱਧ ਆਪਣੇ ਜੇਠਾ ਪੁੱਤਰ ਜਿਹੜਾ ਉਹਦਾ ਸਭ ਤੋਂ ਵੱਡਾ ਪੁੱਤਰ ਸੀ ਜੂਨਾ ਖਾਂ ਠੀਕ ਹੈ ਉਸ ਦੀ ਅਗਵਾਈ ਦੇ ਹੇਠ ਮਹਿੰਮ ਭੇਜ ਕੇ ਜਿਹੜਾ ਸੀ ਕਿਲੇ ਨੂੰ ਘੇਰਾ ਪਾਇਆ ਤਾਂ ਹੁਣ ਜੂਨਾ ਖਾਂ ਜਿਹੜਾ ਹੈ ਅੱਗੇ ਕੌਣ ਬਣੇਗਾ ਤੇ ਆਪਾਂ ਅੱਗੇ ਪੜ੍ਹਾਂਗੇ ਫਾਈਨ ਸੋ ਜਿੱਤ ਪ੍ਰਾਪਤ ਕੀਤੀ ਉਸਨੇ ਬਰੰਗਲ ਦੇ ਆਪਣੇ ਵੱਡੇ ਮੰਡੇ ਜੂਨਾ ਖਾਂ ਨੂੰ ਭੇਜ ਕੇ ਮੰਗੋਲਾ ਤੇ ਹਮਲਾ ਕਿਉਂਕਿ ਮੰਗੋਲ ਵਧਰੇ ਸੀ ਤਾਂ 29 ਵਾਰ ਇਸਨੇ ਮੰਗੋਲਾ ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਤੁਗਲਕ ਨੇ ਮੰਗੋਲਾਂ ਦੇ ਨੇਤਾ ਨੂੰ ਵੀ ਪਕੜ ਕੇ ਦਿੱਲੀ ਲਿਆਂਦਾ ਇੱਡੀ ਜ਼ਿਆਦਾ ਜਿਹੜਾ ਹੈਗਾ ਇਹ ਆਪਾਂ ਕਹਿ ਸਕਦੇ ਹਾਂ ਬਹੁਤ ਮਹੱਤਵਪੂਰਨ ਸਾਕ ਹੋਇਆ ਉਤਕਲ ਤੇ ਹਮਲਾ ਹੁਣ ਤੁਗਲਕ ਖਾਂ ਦਾ ਵੱਡਾ ਮੁੰਡਾ ਜਦੋਂ ਜੂਨਾ ਖਾਂ ਵਾਪਸ ਆ ਰਿਹਾ ਸੀ ਤਾਂ ਦਿੱਲੀ ਦੇ ਉਤਕਲ ਰਾਜ ਤੇ ਹਮਲਾ ਕੀਤਾ ਉਸਨੇ 50 ਹਾਥੀ ਅਤੇ ਬਹੁਤ ਸਾਰੀਆਂ ਵਡਮੁੱਲੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਤੇ ਅਧਿਕਾਰ ਕੀਤਾ ਬੰਗਾਲ ਦੇ ਵਿਰੁੱਧ ਮੋਹਮ ਤਾਂ ਗਾਜੀ ਮਲਕ ਯਾਨੀ ਕਿ ਗਿਆਸੂਦੀਨ ਤੁਗਲਕ ਨੂੰ ਬੰਗਾਲ ਦੇ ਵਿੱਚ ਵੀ ਦਖਲ ਅੰਦਾਜ਼ੀ ਕਰਨੀ ਪਈ ਕਿਉਂਕਿ ਫਿਰੋਜ਼ ਸ਼ਾ ਦੇ ਤਿੰਨ ਪੁੱਤਰ ਗਿਆਸੂਦੀਨ ਸ਼ਾਹਬੁੱਦੀਨ ਅਤੇ ਨਸੀਰਉਦੀਨ ਵਿਚਕਾਰ ਜਿਹੜਾ ਸੀਗਾ ਕੀ ਚੱਲ ਰਿਹਾ ਸੀਗਾ ਯੁੱਧ ਚੱਲ ਰਿਹਾ ਸੀ ਤਾਂ ਗਿਆਸੂਦੀਨ ਜਿਹੜਾ ਸੀਗਾ ਉਹ ਪੂਰਬੀ ਬੰਗਾਲ ਦਾ ਜਿਹੜਾ ਸੀਗਾ ਸੂਬੇਦਾਰ ਸੀ ਸ਼ਾਹਬੁੱਦੀਨ ਉਸਨੇ ਹਟਾ ਦਿੱਤਾ ਲਖਨੌਤੀ ਦੀ ਗੱਦੀ ਤੇ ਅਧਿਕਾਰ ਜਿਹੜਾ ਸੀ ਉਸਨੇ ਜਮਾ ਲਿਆ ਤਨਸੀਰੂਦੀਨ ਨੂੰ ਗੱਦੀ ਦੀ ਛਾਹ ਸੀ ਇਸ ਲਈ ਉਸਨੇ ਸੁਲਤਾਨ ਤੋਂ ਪ੍ਰਾਰਥਨਾ ਕੀਤੀ ਕਿ ਮੈਨੂੰ ਗੱਦੀ ਦੇ ਦਿਓ ਪ੍ਰਾਰਥਨਾ ਨੂੰ ਸਵੀਕਾਰ ਕੀਤਾ ਗਿਆ ਗੈਸੂਦੀਨ ਨੇ ਅਤੇ ਖੁਦ ਬੰਗਾਲ ਦੇ ਵੱਲ ਵਧਿਆ ਗਿਆ ਗੈਸੂਦੀਨ ਹਾਰ ਗਿਆ ਉਸ ਨੂੰ ਬੰਦੀ ਬਣਾ ਲਿਆ ਗਿਆ ਅਤੇ ਨਸੀਰੂਦੀਨ ਨੂੰ ਪੱਛਮੀ ਬੰਗਾਲ ਦੇ ਸਿੰਘਾਸਨ ਦੇ ਉੱਤੇ ਦਿੱਲੀ ਦੇ ਅਧੀਨਤਾ ਤੇ ਬਿਠਾ ਦਿੱਤਾ ਗਿਆ ਉਹਨੂੰ ਬੰਦੀ ਬਣਾ ਕੇ ਜਿਹੜਾ ਹੈ ਦਿੱਲੀ ਰਾਜ ਦੇ ਵਿੱਚ ਉਸ ਦਾ ਰਾਜ ਜਿਹੜਾ ਸੀ ਪੂਰਬੀ ਬੰਗਾਲ ਦਾ ਮਨਾ ਲਿਆ ਗਿਆ ਤਿਰਹੂਤ ਤੇ ਅਧਿਕਾਰਤਾ ਬੰਗਾਲ ਤੋਂ ਆਂਦੇ ਸਮੇਂ ਤੁਗਲਕ ਨੇ ਤਿਰਹੂਤ ਦੇ ਰਾਜਾ ਹਰਦੇਵ ਹਰ ਸਿੰਘ ਦੇਵਾਂ ਨੂੰ ਅਧੀਨਤਾ ਮੰਨਣ ਲਈ ਮਜਬੂਰ ਕੀਤਾ ਅਤੇ ਨਾਲ ਹੀ ਦਿੱਲੀ ਸਲਤਨਤ ਵਿੱਚ ਉਹਦਾ ਰਾਜ ਵੀ ਬਣਾ ਲਿਆ। ਹੁਣ ਆਂਦੀ ਹੈਗੀ ਆ ਮੁਹੰਮਦ ਬਿੰਤੂਗਲਕ ਯਾਨੀ ਕਿ ਜੂਨਾ ਖਾਨ ਦੀ ਵਾਰੀ। ਸੋ ਇਸ ਨੂੰ ਜੂਨਾ ਖਾ ਵੀ ਕਹਿੰਦੇ ਨੇ, ਮੁਹੰਮਦ ਬਿੰਤੂਗਲਕ ਵੀ ਕਹਿੰਦੇ ਆ। ਤਾਂ ਇਹਦੀਆਂ ਹਵਾਈ ਯੋਜਨਾਵਾਂ, ਕਲਪਨਿਕ ਯੋਜਨਾਵਾਂ ਦੇ ਬਾਰੇ ਪੜਾਂਗੇ। ਹੁਣ ਆਪਾਂ ਪਿੱਛੇ ਪੜਿਆ ਸੀ ਕਿ ਗਿਆਸੂਦੀਨ ਜਿਹੜਾ ਤੁਗਲਕ ਸੀ ਉਹ ਉਹ ਹਮੇਸ਼ਾ ਆਪਣੇ ਵੱਡੇ ਮੁੰਡੇ ਨੂੰ, ਜੇਠੇ ਮੁੰਡੇ ਨੂੰ ਜੂਨਾ ਖਾਨ ਨੂੰ ਹਰੇਕ ਥਾਂ ਦੇ ਉੱਤੇ ਭੇਜਦਾ ਸੀ। ਪਰ ਇਹ ਇੱਕ ਮਹਾਨ ਵਿਦਵਾਨ ਸੀ ਮੁਹੰਮਦ ਬਿੰਤ ਤੁਗਲਕ ਪਰ ਉਹਨੂੰ ਵਿਵਹਾਰਿਕ ਪ੍ਰੈਕਟੀਕਲ ਨੋਲਿਜ ਦੀ ਬਹੁਤ ਘਾਟ ਸੀ ਪਾਗਲ ਪੜਿਆ ਲਿਖਿਆ ਮੂਰਖ ਵੀ ਉਸਨੂੰ ਕਿਹਾ ਜਾਂਦਾ ਹੈ ਤੇ ਇਹ ਕੁਐਸਚਨ ਹਮੇਸ਼ਾ ਪੇਪਰ ਚਾਹੁੰਦਾ ਹੈ ਕਿ ਉਸ ਦੀਆਂ ਕਾਲਪਨਿਕ ਯੋਜਨਾਵਾਂ ਦੇ ਬਾਰੇ ਦੱਸੋ ਪਹਿਲੀ ਗਲਤੀ ਜਿਹੜੀ ਇਸਨੇ ਕੀਤੀ ਹੈਗੀ ਆ ਉਸਨੇ ਆਪਣੇ ਬਾਪ ਦੇ ਵਾਂਗੂ ਬਹੁਤ ਸਾਰੇ ਜਿਹੜੇ ਸੀਗੇ ਕਾਰਜ ਕੀਤੇ ਨੇ ਕਿਉਂਕਿ ਗਿਆਸੁਦੀਨ ਜਿਹੜਾ ਸੀਗਾ ਉਹ ਆਪਾਂ ਕਹਿ ਸਕਦੇ ਹਾਂ ਕਿ ਗਿਆਸੂਦੀਨ ਦੀ ਡੈਥ ਕਿੱਦਾਂ ਹੋਈ ਸੀ ਤਾਂ ਆਪਾਂ ਨੇ ਇਹ ਰੀਜ਼ਨ ਵੀ ਸ਼ੋ ਕਰਨਾ ਹੈ ਕਿ ਗਿਆਸੂਦੀਨ ਜਦੋਂ ਬੰਗਾਲ ਦੇ ਵਿੱਚ ਅਭਿਆਨ ਤੋਂ ਵਾਪਸ ਆ ਰਿਹਾ ਸੀ ਤਾਂ ਉਹਨੇ ਆਪਣੇ ਮੁੰਡੇ ਜੂਨਾ ਖਾਨ ਦੇ ਦੁਆਰਾ ਲੱਕੜ ਦੇ ਮਹਿਲ ਦੇ ਵਿੱਚ ਬਣਾਏ ਹੋਏ ਲੱਕੜ ਦੇ ਮਹਿਲ 'ਚ ਰੁਕਿਆ ਤਾਂ ਜਿਹੜਾ ਮੁਹੰਮਦ ਬਿੰਤੂ ਕੁਲਕ ਨੇ ਲੱਕੜ ਦਾ ਮਹਿਲ ਬਣਾਇਆ ਸੀ ਜੂਨਾ ਖਾਨ ਨੇ ਤੱਕ ਗਿਆ ਸੁਦੀਨ ਜਦੋਂ ਉਹਦੇ ਵਿੱਚ ਰੁਕਿਆ ਤਾਂ ਉਥੇ ਜਿਹੜਾ ਹੈ ਮਹਿਲ ਦੇ نیچے ਮਹਿਲ ਟਾਇਆ ਗਿਆ ਤੇ ਮਹਿਲ ਦੇ نیچے ਦਬਕੇ ਉਹਦੀ ਅਚਨਚੇਤ ਡੈਥ ਹੋ ਗਈ ਠੀਕ ਹੈ ਹੋ ਸਕਦਾ ਹੈਗਾ ਕਿ ਜੂਨਾ ਖਾਨੇ ਯਾਨੀ ਕਿ ਮੁਹੰਮਦ ਬਿਨ ਤੁਗਲਕ ਨੇ ਆਪਣੇ ਬਾਪ ਲਈ ਇਹ ਛੜੀਅੰਤਰ ਰਚਿਆ ਹੋਵੇ ਤਾਂ ਕਿ ਉਹਦੇ ਕੋਲ ਇਹ ਗੱਦੀ ਜਿਹੜੀ ਹੈਗੀ ਆ ਵਾਪਸ ਆ ਜੇ ਫਾਈਨ ਤਾਂ ਮੁਹੰਮਦ ਬਿਨ ਤੁਗਲਕ ਦੀਆਂ ਹਵਾਈ ਯੋਜਨਾਵਾਂ ਸਭ ਤੋਂ ਪਹਿਲਾਂ ਤਾਂ ਦਿੱਲੀ ਦੀ ਥਾਂ ਦੇਵਨਾਗਰੀ ਨੂੰ ਰਾਜਸਤਾਨੀ ਬਣਾਉਣਾ ਤਾਂ ਮੁਹੰਮਦ ਬਿੰਦ ਤੋਗਲਕ ਨੇ ਕਿਤਾ 1327 ਦੇ ਵਿੱਚ ਦਿੱਲੀ ਦੀ ਥਾਂ ਦੇ ਉੱਤੇ ਦੇਵਨਾਗਰੀ ਨੂੰ ਰਾਜਧਾਨੀ ਬਣਾਇਆ ਕਿਉਂਕਿ ਉਹ ਚਾਹੁੰਦਾ ਸੀ ਕਿ ਜਿਹੜੀ ਦੇਵਨਾਗਰੀ ਹੈਗੀ ਹੈ ਬਿਲਕੁਲ ਜਿਹੜੀ ਹੈਗੀ ਹੈ ਉਹਦੇ ਸ਼ਾਸਨ ਕਾਲ ਦੇ ਜਿੰਨੇ ਵੀ ਏਰੀਆਜ਼ ਨੇ ਉਹਦੇ ਬਿਲਕੁਲ ਵਿਚਕਾਰ ਹੈ ਕੇਂਦਰ ਚ ਹੈ ਅਤੇ ਕਹਿੰਦਾ ਦੇਵਨਾਗਰੀ ਤੋਂ ਚੰਗੀ ਤਰ੍ਹਾਂ ਸ਼ਾਸਨ ਚਲਾਇਆ ਜਾ ਸਕਦਾ ਹੈ ਦੇਖੋ ਕਿੰਨੇ ਸਾਰੇ ਸੁਲਤਾਨ ਦਿੱਲੀ ਨੂੰ ਰਾਜਧਾਨੀ ਬਣਾ ਰਹੇ ਸੀ ਲੇਕਿਨ ਇਹਨੇ ਸੀਗਾ ਦੇਵਨਾਗਰੀ ਅਤੇ ਦੇਵਨਾਗਰੀ ਨੂੰ ਜਦੋਂ ਦੇਵਨਾਗਰੀ ਤੋਂ ਦਿੱਲੀ ਲੋਕ ਜਾ ਰਹੇ ਸੀ ਤਾਂ ਉਹਨਾਂ ਲਈ ਦਿੱਲੀ ਛੱਡ ਕੇ ਜਾਣਾ ਮੁਸ਼ਕਲ ਸੀ ਸੋ ਇਸ ਕਰਕੇ ਜਿਹੜਾ ਸੀਗਾ ਦਿੱਲੀ ਦੀ ਥਾਂ ਤੇ ਦੇਵ ਨਗਰੀ ਨੂੰ ਬਣਾਉਣੇ ਇੱਕ ਪਾਲਿਸੀ ਬਿਕੋਜ਼ ਦੇਖੋ ਇੱਕ ਪਾਸੇ ਦੇਵ ਨਗਰੀ ਇੱਕ ਪਾਸੇ ਦਿੱਲੀ ਹੈ ਲੋਕ ਜਿਹੜੇ ਨੇ ਦਿੱਲੀ ਦੀ ਥਾਂ ਦੇ ਉੱਤੇ ਠੀਕ ਹੈ ਦਿੱਲੀ ਦੀ ਥਾਂ ਤੋਂ ਦੇਵ ਨਗਰੀ ਜਾ ਰਹੇ ਨੇ ਪੈਦਲ ਤੁਰ ਤੁਰ ਕੇ ਜਾ ਰਹੇ ਹਾਂ ਸੋ ਇਹ ਇੱਕ ਜਿਹੜਾ ਸੀਗਾ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਗਲਤ ਗੱਲ ਕੀਤੀ ਸੀ ਬਿਕੋਜ਼ ਥਾਂ ਥਾਂ ਦੇ ਉੱਤੇ ਜਿਹੜੇ ਸੀ ਮੰਗੋਲ ਹਮਲਾ ਕਰ ਰਹੇ ਸੀਗੇ ਤੇ ਇਹ ਚਾਹੁੰਦਾ ਸੀ ਵੀ ਹਮਲਿਆਂ ਤੋਂ ਬਚਾਇਆ ਜਾ ਸਕਦੇ ਤਾਂ ਕਰਕੇ ਦੇਵ ਨਗਰੀ ਦੇ ਵਿੱਚ ਜਿਹੜਾ ਸੀਗਾ ਸ਼ਿਫਟ ਕਰਨਾ ਚਾਹੁੰਦਾ ਸੀਗਾ ਤੇ ਦੁਆਬ ਦਾ ਕਰ ਵਧਾਉਣਾ ਹੁਣ ਇਸ ਨੇ ਕੀ ਕਰ ਦਿੱਤਾ 1730 ਦੇ ਵਿੱਚ ਇਹਦੇ ਬਾਪ ਨੇ ਦਾ ਕਰ ਜਿਹੜਾ ਸੀਗਾ ਬਹੁਤ ਘਟਾ ਦਿੱਤਾ ਸੀ ਪਰ ਇਸ ਨੇ ਜਿਹੜਾ ਸੀ ਕਰ ਬਹੁਤ ਵਧਾ ਦਿੱਤਾ ਅਤੇ ਉਸੇ ਸਾਲ ਵਰਖਾ ਨਹੀਂ ਹੋਈ ਲੋਕ ਜਿਹੜੇ ਸੀ ਉਹਨਾਂ ਦੀ ਹਾਲਤ ਵਿਗੜ ਗਈ ਕਿਸਾਨਾਂ ਨੂੰ ਜਿਹੜਾ ਸੀਗਾ ਪਿੱਛਾ ਕਰ ਕਰਕੇ ਪੰਜਾਬ ਜਾ ਕੇ ਮੌਦ ਦੇ ਕਰ ਉਤਾਰ ਮੌਦ ਦੇ ਘਟ ਉਤਾਰ ਦਿੱਤਾ ਗਿਆ ਅਤੇ ਦੁਆਬ ਪ੍ਰਦੇਸ਼ ਜਿਹੜਾ ਸੀਗਾ ਸਾਰਾ ਉਜੜ ਗਿਆ ਕਿਉਂਕਿ ਇੱਥੇ ਜਿਹੜਾ ਸੀ ਅਕਾਲ ਪੈ ਗਿਆ ਸੀ ਵਰਖਾ ਨਹੀਂ ਸੀ ਹੋਈ ਲੇਕਿਨ ਟੈਕਸ ਜਿਹੜਾ ਸੀ ਲੋਕਾਂ ਤੋਂ ਵਸੂਲੇ ਜਾ ਰਹੇ ਸੀ ਸੋ ਇਹ ਗਲਤੀ ਇਸ ਨੇ ਕੀਤੀ ਹੁਣ ਇਸਨੇ ਤਾਂਬੇ ਦੇ ਸਿੱਕੇ ਚੁਲਾਏ ਫਿਰ ਇਸਨੇ ਕੀ ਕੀਤਾ 1330 ਦੇ ਵਿੱਚ ਸਾਮਰਾਜ ਦੇ ਵਿੱਚ ਚਾਂਦੀ ਦੇ ਸਿੱਕਿਆਂ ਦੀ ਜਗ੍ਹਾ ਤੇ ਆਪਾਂ ਕਹਿ ਸਕਦੇ ਤਾਂਬੇ ਦੇ ਸਿੱਕੇ ਚੁਲਾਏ ਲੋਕਾਂ ਨੇ ਘਰ ਘਰ ਨਕਲੀ ਘੜੇ ਹਾਲ ਬਣਾਣੇ ਸਟਾਰਟ ਕਰਤੇ ਸਿੱਕੇ ਕੱਢਨੇ ਸ਼ੁਰੂ ਕਰ ਦਿੱਤੇ ਨਕਲੀ ਸਿੱਕਿਆਂ ਦੇ ਨਾਲ ਹੀ ਉਹਨਾਂ ਨੇ ਉਮੀ ਕਰ ਦੇਣਾ ਸਟਾਰਟ ਕਰਤਾ ਇਹਦੇ ਨਾਲ ਕੀ ਹੋ ਗਿਆ ਖਜ਼ਾਨਾ ਜਿਹੜਾ ਸੀਗਾ ਉਹ ਦੀ ਹਾਨੀ ਹੋਈ ਅਤੇ ਤਾਂਬੇ ਦੇ ਸਿੱਕੇ ਲੈਣ ਤੋਂ ਵੀ ਜਿਹੜਾ ਸੀਗਾ ਵਿਦੇਸ਼ੀਆਂ ਨੇ ਵੀ ਤਾਂਬੇ ਦੇ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਮਤਲਬ ਕੀ ਸੀਗਾ ਕਿ ਇਸ ਨੂੰ ਬਹੁਤ ਹੀ ਜ਼ਿਆਦਾ ਲਾਸ ਹੋਇਆ ਚਾਂਦੀ ਦੀ ਥਾਂ ਤੇ ਤਾਂਬੇ ਦੇ ਸਿੱਕੇ ਚਲਾਤੇ ਲੋਕਾਂ ਨੇ ਘਰੇ ਘਰੇ ਬਣਾਣੇ ਸਟਾਰਟ ਕਰਤੇ ਤੇ ਲੋਕ ਜਿਹੜੇ ਸੀ ਉਹਨਾਂ ਨੇ ਬਹੁਤ ਸਾਰਾ ਪੈਸਾ ਚਾਂਦੀ ਦੇ ਸਿੱਕੇ ਕਰੇ ਜੋੜ ਲਏ ਖੁਰਾਸਾਨ ਉਤੇ ਹਮਲਾ ਦੀ ਯੋਜਨਾ ਤਾਂ 1337 ਵਿੱਚ ਇਹਨੇ ਖੁਰਾਸਾਨ ਤੇ ਹਮਲੇ ਦੀ ਯੋਜਨਾ ਬਣਾਈ ਖੁਰਾਸਾਨ ਦੇ ਉੱਤੇ ਮੰਗੋਲ ਅਤੇ ਮਿਸਰ ਦੇ ਸ਼ਾਸਕ ਤੇ ਵੀ ਜਿਹੜੇ ਸੀਗੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਸੀ ਮੰਗੋਲ ਅਤੇ ਮਿਸਰ ਦੇ ਸ਼ਾਸਕ ਉਹਨਾਂ ਨੇ ਵੀ ਖੁਰਾਸਾਨ ਤੇ ਹਮਲਾ ਕਰਨਾ ਸੀ ਇਹਨਾਂ ਦੀ ਯੋਜਨਾ ਮੰਣੀ ਤਾਂ ਤੁਗਲਕ ਨੇ ਖੁਰਾਸਾਨ ਤੇ ਹਮਲਾ ਕਰਨ ਲਈ 3,170,000 ਦੀ ਸੈਨਾ ਜਿਹੜੀ ਸੀ ਤਿਆਰ ਕੀਤੀ ਤਨਖਾਹ ਜਿਹੜੀ ਸੀ 1 ਸਾਲ ਸੈਨਾਂ ਨੂੰ ਮਿਲਦੀ ਰਹੀ ਪਰ ਮੰਗੋਲ ਅਤੇ ਮਿੱਤਰ ਸ਼ਾਸਕਾ ਕਰਕੇ ਤੁਗਲਕ ਜਿਹੜਾ ਸੀਗਾ ਉਸਨੇ ਖੁਰਾਸਾਨ ਤੇ ਹਮਲਾ ਕਰਨ ਦਾ ਵਿਚਾਰ ਤਿਆਗ ਕਰ ਦਿੱਤਾ ਅਤੇ ਜਿਹੜੀ ਸੀ ਤਨਖਾਹ ਉਹਨਾਂ ਨੂੰ ਵਿਅਰਥ ਦਿੱਤੀ ਗਈ ਅਤੇ ਇਹਦੇ ਨਾਲ ਖਜ਼ਾਨਾ ਵੀ ਜਿਹੜਾ ਸੀ ਉਹਦਾ ਖਾਲੀ ਹੋਣਾ ਸਟਾਰਟ ਹੋ ਗਿਆ। ਕਰਾਚਲ ਦਾ ਮੁਸੀਬਤ ਭਰਿਆ ਹਮਲਾ ਤੁਗਲਕ ਨੇ ਉਤਰੀ ਭਾਰਤ ਦੇ ਪਹਾੜੀ ਪ੍ਰਦੇਸ਼ ਕਰਾਚਲ ਦੇ ਉੱਤੇ ਜਿੱਤ ਪ੍ਰਾਪਤ ਕਰਨ ਲਈ 1 ਲੱਖ ਦੀ ਸੈਨਾ ਭੇਜੀ ਪਰ ਵਰਖਾ ਦੇ ਕਰਕੇ ਸੈਨਾ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਮਹਾਮਾਰੀ ਫੈਲ ਗਈ ਦੁਖੀ ਹੋ ਕੇ ਸੈਨਿਕ ਵਾਪਸ ਆਣ ਲਗੇ ਅਤੇ ਕਰਾਚਲ ਦੇ ਲੋਕਾਂ ਨੇ ਸੈਨਿਕਾਂ ਤੇ ਤਾਵਾ ਬੋਲਦਾ ਸਿਰਫ 3 ਸੈਨਿਕ ਵਾਪਸ ਆਏ ਇਸ ਦੇ ਨਾਲ ਦੇਖੋ ਸੈਨਿਕ ਕਿੰਨੇ ਮਰ ਗਏ ਤੇ ਇਹਦੇ ਨਾਲ ਸੈਨਿਕਾਂ ਦਾ ਵੀ ਲੋਸ ਹੈ ਖਜ਼ਾਨਾ ਵੀ ਖਾਲੀ ਹੋ ਰਿਹਾ ਹੈ ਸੈਨਿਕਾ ਦਾ ਵੀ ਲੋਸ ਹੋ ਰਿਹਾ ਹੈ ਜਨਤਾ ਵੀ ਮਰ ਰਹੀ ਹੈ ਕਿਉਂਕਿ ਦੇਵਨਾਗਰੀ ਦਿੱਲੀ ਤੋਂ ਦੇਵਨਾਗਰੀ ਰਾਜਸਥਾਨੀ ਜਿਹੜੀ ਸੀ ਇਸ ਨੇ ਸ਼ਿਫਟ ਕਰਤੀ ਸੀ ਤੇ ਲੋਕ ਵੀ ਬਹੁਤ ਜ਼ਿਆਦਾ ਰਸਤੇ ਦੇ ਵਿੱਚ ਗਰਮੀ ਭੁੱਖ ਪਿਆਸ ਦੇ ਨਾਲ ਮਾਰੇ ਸੀ ਹਾਲਾਂਕਿ ਇਸ ਨੇ ਬਹੁਤ ਕੁਝ ਕੀਤਾ ਸੀਗਾ ਕਿ ਲੋਕ ਭੁੱਖੇ ਨਾ ਮਰਨ ਪਰ ਫਿਰ ਵੀ ਜਿਹੜਾ ਸੀਗਾ ਲੋਕ ਆਪਣਾ ਘਰ ਛੱਡ ਕੇ ਜਿਹੜਾ ਸੀ ਜਾਣ ਦੀ ਜਿਹੜੀ ਸੀ ਪ੍ਰੋਬਲਮ ਕ੍ਰੀਏਟ ਹੋ ਰਹੀ ਸੀ ॠषि ਦੇ ਵਿਕਾਸ ਸੰਬੰਧੀ ਪ੍ਰਯੋਗ ਮਤਲਬ ਖੇਤੀਬਾੜੀ ਲਈ ਇਸ ਨੇ ਦਿਵਾਨੇ ਕੋਹੀ ਨਾਮਕ ਵਿਭਾਗ ਦੀ ਸਥਾਪਨਾ ਕੀਤੀ ਇਸ ਦਾ ਉਦੇਸ਼ ਕੀ ਸੀ 30 ਕੋ ਇੰਟੂ ਤੀਹ ਕੋ ਖੇਤਰ ਚੁਣ ਕੇ ਬੰਜਰ ਭੂਮੀ ਨੂੰ ਖੇਤੀ ਯੋਗ ਬਣਾਉਣਾ ਅਤੇ ਉਤਪਾਦਨ ਚ ਵਾਧਾ ਕਰਨਾ ਭੂਮੀ ਦੇ ਟੁਕੜੇ ਵੀ ਕਿਸਾਨਾਂ ਨੂੰ ਅਲੋਟ ਕੀਤੇ ਗਏ ਮਾਲੀ ਸਹਾਇਤਾ ਵੀ ਦਿੱਤੀ ਗਈ ਪਰ ਇਹ ਯੋਜਨਾ ਸਿਰਫ ਤਿੰਨ ਸਾਲ ਚੱਲੀ ਅਤੇ ਅਸਫਲ ਹੋ ਗਈ ਕਿਉਂਕਿ ਬੰਜਰ ਭੂਮੀ ਨੂੰ ਆਪਾਂ ਕਹਿ ਸਕਦੇ ਉਪਜਾਊ ਬਣਾਉਣਾ ਬਹੁਤ ਔਖਾ ਸੀ ਸੋ ਇਹ ਵੀ ਖਵਾਈ ਯੋਜਨਾ ਸੀ ਮੁਦਰਾ ਸੰਬੰਧੀ ਨੇ ਸੁਧਾਰ ਕੀ ਕੀਤੇ ਸੀ ਮੁਦਰਾ ਸੰਬੰਧੀ ਇਸ ਨੂੰ ਕਹਿੰਦੇ ਸਿੱਕਿਆਂ ਦਾ ਨਿਰਮਾਤਾ ਰਾਜਾ ਕਿਹਾ ਜਾਂਦਾ ਸੀ ਪਰ ਉਹ ਸਫਲ ਰਿਹਾ ਚਾਂਦੀ ਦੀ ਥਾਂ ਤੇ ਤਾਂਬੇ ਦੇ ਸਿੱਕੇ ਇਸ ਨੇ ਚਲਾਤੇ ਅਤੇ ਇਹਦੇ ਨਾਲ ਕੀ ਹੋਇਆ ਸੋਨੇ ਚਾਂਦੀ ਦੇ ਸਿੱਕੇ ਲੋਕਾਂ ਨੇ ਆਪਣੇ ਘਰ ਚ ਰੱਖ ਲਏ ਅਤੇ ਉਹਦੀ ਥਾਂ ਤੇ ਘਰ ਘਰ ਸਿੱਕੇ ਬਣਾ ਕੇ ਜਿਹੜੇ ਤਾਂਬੇ ਦੇ ਸਿੱਕੇ ਬਣਾਏ ਉਹ ਉਹਨਾਂ ਨੇ ਜਿਹੜੇ ਸੀ ਦਰਬਾਰ ਚ ਹਰੇਕ ਚੀਜ਼ ਲਈ ਜਿਹੜੇ ਸੀ ਸ਼ਹਿਰ ਦੇ ਵਿੱਚ ਉਹ ਯੂਜ਼ ਕਰਨ ਲੱਗੇ ਇਹਦੇ ਨਾਲ ਜਿਹੜਾ ਸੀਗਾ ਉਸ ਨੂੰ ਉਸ ਨੂੰ ਇਹ ਸੀਗਾ ਕਿ ਤਨ ਬਹੁਤ ਜ਼ਿਆਦਾ ਵਧੇਗਾ ਤਾਂ ਇਸ ਨਾਲ ਜਿਹੜਾ ਸੀਗਾ ਤਨ ਹੋਰ ਕਟਣਾ ਸਟਾਰਟ ਹੋ ਗਿਆ ਅਤੇ ਇਹਨੇ ਸੋਨੇ ਚਾਂਦੀ ਦੇ ਬਰਾਬਰ ਤਾਂਬੇ ਦੇ ਸਿੱਕੇ ਨੂੰ ਕੰਪੇਅਰ ਕਰਤਾ ਠੀਕ ਹੈ ਤਾਂ ਇਸ ਕਰਕੇ ਜਿਹੜਾ ਸੀਗਾ ਸਾਰੇ ਦੇਣ ਲੈਣ ਜਿਹੜੇ ਸੀ ਤਾਂਬੀ ਦੇ ਤਾਂਬੇ ਦੇ ਸਿੱਕੇ ਦੇ ਨਾਲ ਹੋਣ ਲੱਗੇ ਯੋਜਨਾਵਾਂ ਅਸਫਲ ਕਿਵੇਂ ਹੋਈਆਂ ਕਿਉਂਕਿ ਮੋਦਰਾ ਉੱਪਰ ਰਾਜ ਦਾ ਕੰਟਰੋਲ ਖਤਮ ਹੋ ਗਿਆ ਲੋਕਾਂ ਨੇ ਘਰ-ਘਰ ਨਕਲੀ ਸਿੱਕੇ ਬਣਾਏ ਕੋਈ ਖਾਸ ਮਸ਼ੀਨੀ ਸੀ ਸਿੱਕੇ ਬਣਾਉਣ ਲਈ ਇਸ ਲਈ ਲੋਕਾਂ ਨੇ ਘਰ-ਘਰ ਸਿੱਕੇ ਬਣਾਏ ਨਕਲੀ ਸਿੱਕੇ ਬਣਾਏ ਅਤੇ ਇਸ ਨਾਲ ਟੈਕਸ ਟੁਕਸ ਭਰਨੇ ਸਟਾਰਟ ਕਰ ਦਿੱਤੇ ਤਾਂ ਸਰਕਾਰ ਨੂੰ ਨੁਕਸਾਨ ਹੋ ਗਿਆ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਸੀਗੇ ਤਾਂਬੇ ਦੇ ਸਿੱਕੇ ਲੈਣ ਤੋਂ ਵਿਦੇਸ਼ੀ ਵਪਾਰ ਜਿਹੜਾ ਸੀ ਖਤਮ ਹੋ ਗਿਆ ਗਿਰਾਵਟ ਹੋ ਗਈ ਕਿਉਂਕਿ ਵਿਦੇਸ਼ੀਆਂ ਨੇ ਤਾਂਬੇ ਦੇ ਸਿੱਕੇ ਲੈਣ ਲਈ ਜਵਾਬ ਦਿੱਤਾ ਲੋਕਾਂ ਨੂੰ ਤਾਂਬਿਆਂ ਦੇ ਸਿੱਕੇ ਦੇ ਬਦਲੇ ਚਾਂਦੀ ਦੇ ਸਿੱਕੇ ਦੇਤੇ ਇੱਕ ਹੋਰ ਚੀਜ਼ ਕਰਤੀ ਕਿ ਉਹਨਾਂ ਤੋਂ ਤਾਂਬੇ ਦੇ ਸਿੱਕੇ ਲੈ ਲੈ ਕੇ ਚਾਂਦੀ ਦੇ ਸਿੱਕੇ ਉਹਨਾਂ ਨੂੰ ਦੇਤੇ ਇਸ ਨਾਲ ਜਨਤਾ ਤਾਂ ਅਮੀਰ ਹੋ ਗਈ ਲੇਕਿਨ ਮਹਿਲ ਜਿਹੜਾ ਸੀਗਾ ਉਹ ਗਰੀਬ ਹੋ ਗਿਆ ਖਜ਼ਾਨਾ ਗਰੀਬ ਹੋ ਗਿਆ ਜਾਲੀ ਸਿੱਕੇ ਬਣਾਉਣ ਵਾਲਿਆਂ ਦੇ ਵਿਰੁੱਧ ਵੀ ਜਿਹੜੀਆਂ ਸੀਗੀਆਂ ਸਜਾਵਾਂ ਦੀ ਨੇ ਵਿਵਸਥਾ ਕੋਈ ਨਹੀਂ ਕੀਤੀ ਲੋਕਾਂ ਦੇ ਮਨ 'ਚ ਡਰ ਨਹੀਂ ਰਿਹਾ ਬੇਖੌਫ ਹੋ ਕੇ ਲੋਕ ਜਿਹੜੇ ਸੀਗੇ ਸਿੱਕੇ ਬਣਾਉਂਦੇ ਨੇ ਵਿਦੇਸ਼ੀ ਨੀਤੀ ਹੁਣ ਮੁਹੰਮਦ ਬਿੰਦ ਤੁਗਲਕ ਯਾਸੂਦੀਨ ਦਾ ਪੁੱਤਰ ਸੀ ਸੋ ਇਸਨੇ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਪੜਿਆ ਲਿਖਿਆ ਮੂਰਖ ਸੀ ਸੋ ਇਸਨੇ ਕੀ ਕੀ ਕੀਤਾ ਇੱਕ ਤਾਂ ਦਿੱਲੀ ਦੀ ਥਾਂ ਤੇ ਦੇਵਨਾਗਰੀ ਨੂੰ ਰਾਜਸਤਾਨੀ ਬਣਾ ਲਿਆ ਅਤੇ 1327 ਦੇ ਵਿੱਚ ਇਸ ਰਾਜ ਨੂੰ ਰਾਜਸਤਾਨੀ ਬਣਾਉਣ ਦੇ ਕਾਰਨ ਇਸ ਦੇ ਆਪਣੇ ਸੀਗੇ ਕਿ ਵੀ ਹਾਂ ਇੱਕ ਤਾਂ ਇਹ ਕੇਂਦਰ ਦੇ ਵਿੱਚ ਹੈ ਇੱਕ ਮੰਗੋਲਾਂ ਤੋਂ ਹਮਲਿਆਂ ਤੋਂ ਸਾਮਰਾਜੀ ਜਿਹੜੀ ਹੈਗੀ ਰੱਖਿਆ ਹੋ ਜੇਗੀ ਅਤੇ ਫਿਰ ਉਸਨੇ ਕੀ ਕੀਤਾ ਕਿ ਹੁਣ ਜਿਹੜੇ ਲੋਕ ਨੇ ਦੇਵਨਾਗਰੀ ਆ ਗਏ ਨੇ ਫਿਰ ਦੁਬਾਰਾ ਉਹਨਾਂ ਨੂੰ ਦਿੱਲੀ ਸ਼ਿਫਟ ਕਰਤਾ ਤਾਂ ਇਸ ਕਰਕੇ ਜਿਹੜੇ ਸੀਗੇ ਉਸ ਨੂੰ ਦੁਬਾਰਾ ਦੁਬਾਰਾ ਇਹ ਚੀਜ਼ਾਂ ਕਰਨੀਆਂ ਪਈਆਂ ਖੁਰਾਸਾਨ ਤੇ ਹਮਲਾ ਕਰਨ ਦੀ ਯੋਜਨਾ ਆਪਾਂ ਪਿੱਛੇ ਪੜ ਕੇ ਹਟਿਆ ਕਿ 3,17000 ਦੀ ਸੈਨਿਕ ਕਾਰਵਾਈ ਤਿਆਰ ਕੀਤੀ ਉਹਨਾਂ ਨੂੰ ਤਨਖਾਹ ਇੱਕ ਸਾਲ ਦੀ ਦੇ ਦਿੱਤੀ ਪਰ ਫਿਰ ਅੰਤ ਦੇ ਵਿੱਚ ਹਮਲਾ ਜਿਹੜਾ ਸੀਗਾ ਉਹਨੇ ਛੱਡਤਾ ਕਿ ਹਮਲਾ ਨਹੀਂ ਕਰਨਾ ਤੇ ਤਨਖਾਹਾਂ ਸਾਰੀਆਂ ਦੇਤੀਆਂ ਸੀ ਖਜ਼ਾਨਾ ਜਿਹੜਾ ਸੀ ਖਾਲੀ ਹੋ ਗਿਆ ਸੀ ਨਗਰਕੋਟ ਦੇ ਵਿਰੁੱਧ ਆਕਰਮਣ ਤਾਂ ਨਗਰਕੋਟ ਜਿਹੜਾ ਸੀਗਾ ਪੰਜਾਬ ਦੇ ਕਾਹੜਾ ਜ਼ਿਲ੍ਹੇ ਦੇ ਉੱਪਰ ਪਹਾੜੀ ਦੇ ਉੱਤੇ ਸੀ ਤਾਂ ਨਗਰਕੋਟ ਤੇ ਆਕਰਮਣ ਦੀ ਤਿਆਰੀ ਇਹਨੇ ਕਰ ਲਈ ਸੀ ਪਰ ਜਿਹੜਾ ਸੀਗਾ ਕਿਲੇ ਉੱਤੇ ਅਧਿਕਾਰ ਕਰ ਲਿਆ ਪਰ ਫਿਰ ਹਿੰਦੂ ਰਾਜੇ ਨੇ ਜਦੋਂ ਵਿਰੋਧ ਕੀਤਾ ਤਾਂ ਇਹ ਇਸਨੇ ਕਿਲਾ ਵਾਪਸ ਕਰਤਾ ਕਰਾਚਲ ਦੇ ਉੱਤੇ ਜਿੱਤ ਦੀ ਯੋਜਨਾ ਪ੍ਰਾਪਤ ਕਰਨੀ ਤਾਂ ਯੋਜਨਾ ਜਦੋਂ ਬਣਾਈ ਇਸਨੇ ਕਰਾਚਲ ਦੇ ਉੱਤੇ 1 ਲੱਖ ਸੈਨਾ ਭੇਜੀ ਪਰ ਜਦੋਂ ਵਰਕਰ ਉਤਾਏ ਬਹੁਤ ਲੋਕ ਅਤਨਾਇਆਂ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੇ ਹੀ ਸੈਨਿਕਾਂ ਦੇ ਉੱਤੇ ਹਮਲਾ ਕਰਕੇ ਮਾਰ ਦਿੱਤਾ ਤਿੰਨ ਹੀ ਜਿਹੜੇ ਸੀਗੇ ਵਾਪਸ ਆਏ ਸਿੰਧ ਨੂੰ ਲੁਟੇਰਿਆਂ ਤੇ ਬਚਾਣਾ ਸਿੰਧ ਦੇ ਵਿੱਚ ਬਹੁਤ ਸਾਰੇ ਲੁਟੇਰੇ ਲੁੱਟਮਾਰ ਕਰ ਰਹੇ ਸੀ ਤਾਂ ਤੁਗਲਕ ਜਿਹੜਾ ਸੀ ਮੁਹੰਮਦ ਬਿੰਦ ਤੁਗਲਕ ਆਪ ਉੱਥੇ ਪਹੁੰਚੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਸਲਾਮ ਧਰਮ ਉਹਨਾਂ ਨੂੰ ਕਬੂਲਣ ਦੇ ਵਿੱਚ ਜੜੀ ਸੀ ਮਜਬੂਰ ਕੀਤਾ ਦੋਲਤਾਬਾਦ ਦੇ ਵਿੱਚ ਅਲੀਮ ਉਦ ਉਦੀਮ ਮੁਲਕ ਨੂੰ ਨਿਰੀਖਕ ਬਣਾਣਾ ਤਾਂ ਕੋਤਲਗ ਖਾਂ ਦੋਲਤਾਬਾਦ ਦਾ ਜਿਹੜਾ ਸੀਗਾ ਪ੍ਰਾਂਤ ਨਿਰੀਖਕ ਸੀ ਪਰ ਉਸਨੇ ਜਿਹੜਾ ਸੀ ਬਹੁਤ ਸਾਰਾ ਧਨ ਜਿਹੜਾ ਸੀ ਗਮਨ ਕਰ ਲਿਆ ਤਾਂ ਇਸ ਸਥਿਤੀ ਨੂੰ ਸੁਧਾਰਨ ਲਈ ਅਲੀਮ ਉਦੀਮ ਮੁਲਕ ਨੂੰ ਦولتਾਬਾਦ ਦਾ ਪ੍ਰਾਂਤ ਦਾ ਨਿਰੀਖਕ ਨਿਯੁਕਤ ਕੀਤਾ ਪਰ ਉਸਨੇ ਕੋਈ ਵੀ ਸੁਧਾਰ ਨਹੀਂ ਕੀਤਾ ਸੋ ਤਾਂ ਕਰਕੇ ਦਿਨ ਬਰ ਦਿਨ ਦਿਨ ਬਰ ਦਿਨ ਫੇਲ ਹੁੰਦਾ ਜਾ ਰਿਹਾ ਸੀ ਉਸ ਤੋਂ ਬਾਅਦ ਸੈਨਾ ਸਮੇਤ ਗੁਜਰਾਤ ਵਧਣਾ ਹੁਣ ਮੁਹੰਮਦ ਬਿੰਤੋਗਲਖ ਸੈਨਾ ਦੇ ਨਾਲ ਗੁਜਰਾਤ ਵਧਿਆ ਆਪਣੇ ਹੱਥ ਆਣ ਵਾਲੀਆਂ ਹਰੇਕ ਵਸਤੂ ਵਿੱਚ ਕੁਝ ਵੀ ਆਉਂਦਾ ਸੀ ਤਾਂ ਉਹਦਾ ਕਤਲ ਕਰਦਾ ਜਾਂਦਾ ਸੀ ਪਰ ਉਸ ਨੂੰ ਦੇਵ ਨਗਰੀ ਦੇ ਵਿੱਚ ਵਿਦਰੋਹ ਵਿਦਰੋਹ ਦੀ ਖਬਰ ਮਿਲੀ ਕਿ ਦੇਵਗਿਰੀ ਦੇ ਵਿੱਚ ਜਿਹੜਾ ਸੀਗਾ ਵਿਦਰੋਹ ਹੋ ਗਿਆ ਤਾਂ ਉਹ ਫੇਰ ਦੇਵ ਦੇਵਗਿਰੀ ਆ ਗਿਆ ਅਤੇ ਵਿਦਰੋਹੀਆਂ ਤੋਂ ਉਸਨੇ ਜਿਹੜਾ ਸੀਗਾ ਸੁਲਤਾਨ ਨੇ ਦੇਵਗਿਰੀ ਨੂੰ ਵਿਦਰੋਹੀਆਂ ਤੋਂ ਵਾਪਸ ਲੈ ਲਿਆ ਅਤੇ ਫੇਰ ਉਸ ਤੋਂ ਬਾਅਦ ਦੇ ਵਿੱਚ ਹਸਨ ਗੰਗੂ ਦਾ ਦੇਵਗਿਰੀ ਤੇ ਜਿਹੜਾ ਸੀਗਾ ਅ ਅਧਿਕਾਰ ਹੋ ਗਿਆ ਉਸਨੇ ਬੈਮਣੀ ਰਾਜ ਦੀ ਜਿਹੜੇ ਆਪਾਂ ਕਹਿ ਸਕਦੇ ਹਾਂ ਹਸਨ ਗੰਗੂ ਨੇ ਨੀਂ ਰੱਖੀ ਸਿੰਧਵਲ ਵਧਣਾ ਤਾਂ ਕਿਉਂਕਿ ਜਿਹੜਾ ਹੈ ਇੰਨੀ ਜ਼ਿਆਦਾ ਕਾਰਵਾਈਆਂ ਹੋ ਰਹੀਆਂ ਸੀ ਤਾਂ ਰਸਤੇ 'ਚ ਜਿਹੜਾ ਸੀਗਾ ਸਿੰਧਵਾਲ ਜਾਂਦੇ ਹੋਏ ਇਹ ਤਗੀ ਦੇ ਵਿਰੁੱਧ ਜਾ ਰਿਹਾ ਸੀ ਤਾਂ ਉੱਥੇ ਹੀ ਬਿਮਾਰ ਹੋ ਗਿਆ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ 351 ਦੇ ਵਿੱਚ ਉਹਦਾ ਦਿਹਾਂਤ ਹੋ ਗਿਆ ਹੁਣ ਅਗਰ ਆਪਾਂ ਗੱਲ ਕਰੀਏ ਕਿ ਇਹਦਾ ਆਰੰਭਿਕ ਜੀਵਨ ਤਾਂ ਇਹਨੂੰ ਜੂਨਾ ਖਾਨ ਉਹੀ ਜਿਹੜਾ ਵੱਡਾ ਪੁੱਤਰ ਹੈਗਾ ਗਿਆਸੁਦੀਨ ਤੁਗਲਕ ਦਾ ਉਹਨੂੰ ਮੁਹੰਮਦ ਬਿਨ ਤੁਗਲਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਗਿਆਸੁਦੀਨ ਤੁਗਲਕ ਦਾ ਇਹ ਜਠੇਰਾ ਪੁੱਤ ਸੀ ਸੈਨਿਕ ਦੇ ਵਾਂਗੂ ਜਿਹੜਾ ਸੀ ਇਹਦਾ ਪਾਲਣ ਪੋਸ਼ਣ ਹੋਇਆ ਸੀ ਤੇ ਇਸ ਨੇ ਛੋਟੇ ਉਮਰ ਚ ਆਪਣੇ ਆਪ ਨੂੰ ਪ੍ਰਸਿੱਧ ਕਰ ਲਿਆ ਸੀ ਬਹੁਤ ਤੇਜ ਸੀ ਅਤੇ ਜਦੋਂ ਜੂਨਾ ਖਾਨ ਨੇ ਆਪਣੇ ਰੱਖੇ ਖੁਸਰੋ شاہ ਦੇ ਵਿਰੁੱਧ ਇੱਕ ਅੰਦੋਲਨ ਸ਼ੁਰੂ ਕਰਤਾ ਤਾਂ ਖੁਸਰੋ شاہ ਨੇ ਜਿਹੜਾ ਖੁਸਰੋ شاہ ਸੀਗਾ ਉਸ ਦੇ ਵਿਰੁੱਧ ਆਪਣੇ ਪਿਤਾ ਦੀ ਸਹਾਇਤਾ ਵੀ ਉਸ ਨੇ ਕੀਤੀ ਸੀ ਤਾਂ ਜਦੋਂ 320 ਵਿੱਚ ਉਸ ਦਾ ਪਿਤਾ ਸਮਰਾਟ ਬਣਿਆ ਤਾਂ ਰਾਜਕੁਮਾਰ ਜੂਨਾ ਖਾਨ ਦੀ ਉਤਰਾਧਿਕਾਰੀ ਦੇ ਰੂਪ ਵਿੱਚ ਨਿਯੁਕਤੀ ਕੀਤੀ ਗਈ ਅਤੇ ਉਸ ਨੂੰ ਉਲਦ ਖਾਨ ਦੀ ਉਪਾਧੀ ਵੀ ਦਿੱਤੀ ਗਈ ਤਾਂ 1322 ਤੋਂ 1323 ਦੇ ਵਿੱਚ ਇਸਨੇ ਵਰੰਗਲ ਦੇ ਦੋ ਬਿਆਨਾਂ ਦਾ ਨੇਤ੍ਰਿਤਵ ਕੀਤਾ ਪਹਿਲੇ ਅਭਿਆਨ ਦੇ ਵਿੱਚ ਅਸਫਲ ਰਿਹਾ ਦੂਜੇ ਦੇ ਵਿੱਚ ਸਫਲ ਹੋਇਆ ਅਤੇ ਪਿਤਾ ਦੀ ਮੌਤਵਾ ਜਲਦੀ ਹੀ ਆਪਣੀ ਗੱਦੀ ਦੇ ਉੱਤੇ ਵਿਰਾਜਮਾਨ ਹੋ ਗਿਆ ਤਾਂ ਕਿ ਮੈਂ ਹੁਣੇ ਪਿੱਛੇ ਦੱਸ ਕੇ ੜੀਆਂ ਕਿ ਇਸਨੇ ਇੱਕ ਲੱਕੜੀ ਦੇ ਮਹਿਲ ਦੇ ਵਿੱਚ ਆਪਣੇ ਪਿਤਾ ਨੂੰ ਠਹਿਰਾਇਆ ਸੀ ਤਾਂ ਉਹ ਲੱਕੜੀ ਦੇ ਮਹਿਲ ਥੱਲੇ ਧਬਕੇ ਉਹਦੀ ਡੈਥ ਹੋ ਗਈ ਤਾਂ ਇੱਕ ਛੜੇੰਤਰ ਹੀ ਨੇ ਆਪਣੇ ਪਿਤਾ ਦੇ ਖਿਲਾਫ ਰਚਿਆ ਸੀ ਸੋ ਚਰਿੱਤਰ ਦੀ ਗੱਲ ਕਰੀਏ ਤਾਂ ਫਖਰਉਦੀਨ ਜੁੰਨਾ ਕਾਇਦਾ ਅਸਲੀ ਨਾਮ ਸੀ ਤੁਗਲਕ ਦਾ ਵੱਡਾ ਪੁੱਤ ਸੀ ਉੱਚ ਕੋਟੀ ਦਾ ਵਿਦਵਾਨ ਸੀ ਪਰ ਬਹੁਤ ਸਾਰੀਆਂ ਚੀਜ਼ਾਂ ਕਰਕੇ ਇਹ ਜਿਹੜਾ ਸੀ ਕਲਪਨਿਕ ਯੋਜਨਾਵਾਂ ਦੇ ਵਿੱਚ ਪੈ ਗਿਆ ਸੀ ਮਨੁੱਖ ਦੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਇਹ ਉੱਚ ਕੋਟੀ ਦਾ ਵਿਦਵਾਨ ਸੀ ਬਹੁਤ ਪਛਾਵਾ ਆਂਦੇ ਇਹਨੂੰ ਗਿਆਨ ਸੀ ਗਿਆਨ ਖਗੋਲ ਫਿਲਾਸਫੀ ਭੂਗੋਲ ਚਕਰਾ ਸ਼ਾਸਤਰ ਸ਼ੀਰਕ ਵਿਗਿਆਨ ਅਤੇ ਇੱਕ ਫਾਰਸੀ ਦਾ ਵੀ ਇਹ ਮਹਾਨ ਕਵੀ ਸੀ ਇੰਨਾ ਇੰਟੈਲੀਜੈਂਟੇ ਬੰਦਾ ਸੀਗਾ ਪਰ ਕੁਝ ਕੁ ਹਾਲਤਾਂ ਕਰਕੇ ਜਿਹੜਾ ਸੀਗਾ ਇਸਨੇ ਆਪਣੇ ਆਪ ਨੂੰ ਜਿਹੜਾ ਸੀਗਾ ਬਿਲਕੁਲ ਅਸਫਲ ਕਰ ਦਿੱਤਾ ਦਾਨੀ ਅਤੇ ਦਿਆਲੂ ਸੀ ਗਰੀਬਾਂ ਨੂੰ ਦਾਨ ਦਿੰਦਾ ਸੀ ਪਰਿਵਾਰ ਨੂੰ ਪਿਆਰ ਕਰਦਾ ਸੀ ਬਹੁਤ ਸਾਰੇ ਸਿੱਕੇ ਚੁਲਾਈ ਜਿਸ ਦੇ ਉਤੇ ਉਸਨੇ ਆਪਣੇ ਮਾਮੇ ਅਤੇ ਚਚੇਰੇ ਭਰਾ ਪ੍ਰਾਦੇਵੇ ਬਾਰੇ ਲਿਖਵਾਇਆ ਇਸਲਾਮ ધਰਮ ਦੀ ਸੱਚਾਈ ਮੰਨਣ ਵਾਲਾ ਪੰਜ ਵਾਰ ਉਹ ਦਿਨ ਚ ਨਮਾਜ਼ ਪੜਦਾ ਸੀ ਅਤੇ ਰਮਜ਼ਾਨ ਦੇ ਮਹੀਨੇ ਰੋਜ਼ੇ ਵੀ ਰੱਖਦਾ ਸੀ Hindu ਪ੍ਰਤੀ ਸਹਿਣਸ਼ੀਲਤਾ ਪਰਿਆਵੀਵਹਾਰ ਉਹ ਹਟ ਤਰਮਿਨੀ ਸੀ ਕਠੋਰ ਤਰਮਿਨੀ ਸੀ ਹਿੰਦੂਆਂ ਨੂੰ ਵੀ ਉੱਚੇ ਅਹੁਦੇ ਦੇ ਉੱਤੇ ਰੱਖਦਾ ਸੀ ਸਭ ਤੋਂ ਵੱਡਾ ਦੋਸ਼ ਕੀ ਸੀ ਕਿ ਉਹ ਜ਼ਾਲਮ ਅਤੇ ਨਿਰਦਈ ਸੀ ਗੁੱਸਾ ਉਹਨੂੰ ਜਲਦੀ ਆਉਂਦਾ ਸੀ ਕਠੋਰ ਸਜ਼ਾਵਾਉ ਦਿੰਦਾ ਸੀ ਪ੍ਰੈਕਟੀਕਲ ਨੌਲੇਜ ਦੀ ਉਸ ਨੂੰ ਘਾਟ ਸੀ ਅਤੇ ਕੋਈ ਵੀ ਫੈਸਲਾ ਕਰਨ ਲੱਗੇ ਸੋਚਦਾ ਨਹੀਂ ਸੀ ਜਲਦਬਾਜ਼ੀ ਕਰ ਦਿੰਦਾ ਸੀ ਸੈਨਾਪਤੀ ਇੱਕ ਯੋਗ ਆਪਾਂ ਕਹਿ ਸਕਦੇ ਹਾਂ ਬਹਾਦਰ ਯੋਧਾ ਸੀ ਅਨੁਭਵੀ ਸੈਨਾਪਤੀ ਸੀ ਉਸਨੇ ਬਹੁਤ ਸਾਰੀਆਂ ਗਲਤੀਆਂ ਫੇਰ ਵੀ ਕੀਤੀਆਂ ਜਦਕਿ ਉਹ ਇੰਨਾ ਅੱਛਾ ਸੈਨਾਪਤੀ ਸੀ ਸ਼ਾਸਕ ਦੇ ਰੂਪ ਦੇ ਵਿੱਚ ਜਦੋਂ ਰਾਜਾ ਬਣਿਆ ਨਿਆ ਪ੍ਰੇਮੀ ਸੀ ਕੋਈ ਵੀ ਨਿਆਂ ਕਰਦੇ ਅਮੀਰ ਗਰੀਬ ਉੱਚ ਨੀਚ ਹਿੰਦੂ ਮੁਸਲਮਾਨ ਨਹੀਂ ਸੀ ਭੇਦ ਕਰਦਾ ਕਾਲਪਨਿਕ ਯੋਜਨਾਵਾਂ ਉਹ ਬਣਾਉਂਦਾ ਸੀ ਬਹੁਤ ਸਾਰੀਆਂ ਕਾਲਪਨਿਕ ਯੋਜਨਾਵਾਂ ਉਸਨੇ ਬਣਾਇਆ ਇਸੇ ਕਰਕੇ ਉਹ ਹਰਮਨ ਪਿਆਰਾ ਨਾ ਰਹਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਜਲਦੀ ਹੀ ਆਪਾਂ ਕਹਿ ਸਕਦੇ ਹਾਂ ਕਿ ਜਲਦੀ ਹੀ ਜਦੋਂ ਇਹਦੀ ਡੈਥ ਹੋ ਗਈ ਕਿਸੇ ਕਾਰਵਾਈ ਦੇ ਉੱਤੇ ਗਿਆ ਹੋਇਆ ਸੀ ਤੋਂ ਉਸ ਦੀ ਜਦੋਂ ਡੈਥ ਹੋਈ ਆ ਤਾਂ ਲੋਕਾਂ ਨੂੰ ਜਿਹੜਾ ਹੈ ਇਸ ਤੋਂ ਛੁਟਕਾਰਾ ਮਿਲ ਗਿਆ ਸੀਗਾ ਅਤੇ ਇਸ ਨੂੰ ਵੀ ਲੋਕਾਂ ਤੋਂ ਛੁਟਕਾਰਾ ਮਿਲ ਗਿਆ ਸੀ ਸੋ ਦੋਨਾਂ ਨੂੰ ਜਿਹੜਾ ਸੀਗਾ ਲੋਕਾਂ ਤੋਂ ਛੁਟਕਾਰਾ ਮਿਲ ਗਿਆ ਸੀ ਕਿਉਂਕਿ ਇਹ ਜਿਹੜਾ ਸੀ ਗੁਜਰਾਤ ਦਾ ਵਿਰੋਧ ਵਿਰੋਧ ਦਬਾ ਕੇ ਸਿੰਧ ਵੱਲ ਵਾਪਸ ਆ ਰਿਹਾ ਸੀ ਤਾਂ ਜਿਹੜਾ ਹੈਗਾ ਇਜ਼ੀ ਕਿਸੇ ਕਾਰਨ ਕਰਕੇ ਜਿਹੜੀ ਸੀ ਬਿਮਾਰੀ ਕਰਕੇ ਜਿਹੜੀ ਦੀ ਡੈਥ ਹੋ ਗਈ ਸੀ ਸੋ ਇਹ ਸੀ ਅੱਜ ਦਾ ਵੀਡੀਓ ਅੱਗੇ ਆਪਾਂ ਫਿਰੋਜ਼ ਤੁਗਲਕ ਦੇ ਬਾਰੇ ਪੜਾਂਗੇ ਹੋਪ ਤੁਹਾਨੂੰ ਵੀਡੀਓ ਸਮਝ ਆ ਗਿਆ ਹੋਵੇਗਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ